ਸਾਹਿਬੋ ਪਟਿਆਲੇ 'ਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਕੰਟਰੋਲ 'ਚ ਹੈਗੀ ਆ। ਅਸੀਂ ਥਾਂ ਥਾਂ 'ਤੇ ਨਾਕਾਬੰਦੀ ਕੀਤੀ ਹੋਈ ਆ, 25 ਤੋਂ 26 ਸਾਡੇ ਜਿਹੜੇ ਨਾਕੇ ਲੱਗੇ ਆ। ਉਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਦੀ ਫੋਰਸ ਦੇ ਨਾਲ ਅਸੀਂ ਪੂਰਾ ਏਰੀਆ ਡੋਮੀਨੇਟ ਕਰਕੇ ਫਲੈਗ ਮਾਰਚ ਕਰ ਰਹੇ ਹਾਂ। ਅਸੀਂ ਹਰੇਕ ਸੈਂਸਿਟਿਵ ਏਰੀਏ ਨੂੰ ਡੋਮੀਨੇਟ ਕਰਾਂਗੇ ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਪਟਿਆਲੇ 'ਚ ਕੋਈ ਵੀ ਇਹੋ ਜਿਹੀ ਹਰਕਤ ਨਾ ਹੋਵੇ ਜਿਹਦੇ ਕਰਕੇ ਪਟਿਆਲੇ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋਵੇ, ਇਹ ਅਸੀਂ ਇਨਸ਼ੋਰ ਕਰਾਂਗੇ। ਉਸ ਤੋਂ ਇਲਾਵਾ ਮੇਰੀ ਪਬਲਿਕ ਨੂੰ ਵੀ ਅਪੀਲ ਆ ਕਿ ਕਿਸੇ ਵੀ ਰਿਊਮਰਸ 'ਚ ਜਿਹੜੇ ਵੀ ਕੋਈ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾ ਰਹੇ ਆ ਉਹ ਕਿਸੇ ਚੀਜ਼ 'ਚ ਬਿਲੀਵ ਨਾ ਕਰਨ। ਪਟਿਆਲਾ ਇਜ਼ ਟੋਟਲੀ ਅੰਡਰ ਆਵਰ ਕੰਟਰੋਲ ਐਂਡ ਅਸੀਂ ਇਨਸ਼ੋਰ ਕਰਾਂਗੇ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਗੱਲ ਕਰੀਏ ਪੈਰਾਮਿਲਟਰੀ ਕਿੰਨੀ ਫੋਰਸ ਲਾਈ ਗਈ ਹੈ? ਦੇਖੋ ਸਾਡੇ ਕੋਲ ਪੈਰਾਮਿਲਟਰੀ ਦੀ 2 ਕੰਪਨੀਆਂ ਆਈਆਂ ਜੀ ਜਿਹੜੇ ਸਾਡੇ ਨਾਕੇ ਲੱਗੇ ਆ, ਉੱਥੇ ਜ਼ਿਲ੍ਹਾ ਪੁਲਿਸ ਅਤੇ ਪੈਰਾਮਿਲਟਰੀ ਦੋਨਾਂ ਦਾ ਕੰਪੋਨੈਂਟ ਹੈਗਾ ਆ। ਅਸੀਂ ਲਗਾਤਾਰ ਏਰੀਆ ਡੋਮੀਨੇਟ ਕਰਾਂਗੇ ਅਤੇ ਅਸੀਂ ਪਬਲਿਕ ਨੂੰ ਇਨਸ਼ੋਰ ਕਰਦੇ ਹਾਂ ਕਿ ਪਟਿਆਲੇ 'ਚ ਕਿਸੇ ਵੀ ਪਬਲਿਕ ਨੂੰ ਕੋਈ ਵੀ ਦਿੱਕਤ ਨਹੀਂ ਆਊਗੀ। ਥੈਂਕ ਯੂ ਸੋ ਮਚ। ਠੀਕ ਹੈ।